ਚੰਡੀਗੜ੍ਹ ਦਾ ਨਾਂ ਸੁਣਦੇ ਹੀ ਇੱਕ ਖੂਬਸੂਰਤ ਸ਼ਹਿਰ ਦਾ ਬਿੰਬ ਮਨ ਵਿੱਚ ਉੱਭਰਨਾ ਸ਼ੁਰੂ ਹੋ ਜਾਂਦਾ ਹੈ। ਇਸ ਦੀਆਂ ਖੂਬਸੂਰਤ ਸੜਕਾਂ, ਪਾਰਕ, ਰੌਕ ਗਾਰਡਨ, ਰੋਜ਼ ਗਾਰਡਨ, ਸੈਕਟਰ 17 ਦਾ ਪਲਾਜ਼ਾ ਅਤੇ ਸੁਖਨਾ ਝੀਲ ਦਾ ਦ੍ਰਿਸ਼ ਪਲਾਂ ਦੇ ਫੋਰ ਵਿੱਚ ਹੀ ਅੱਖਾਂ ਅੱਗੇ ਘੁੰਮ ਜਾਂਦਾ ਹੈ। ਪਹਿਲੀ ਵਾਰ ਇਸ ਦਾ ਦੀਦਾਰ ਕਰਨ ਵਾਲਾ ਇਸ ਦੀ ਸੁੰਦਰਤਾ ਦਾ ਆਸ਼ਿਕ ਬਣ ਜਾਂਦਾ ਹੈ। ਸੱਚ ਤਾਂ ਇਹ ਹੈ ਕਿ ਜੋ ਇਸ ਨੂੰ ਵੇਖ ਲੈਂਦਾ ਹੈ ਉਹ ਬਸ ਇਸ ਦਾ ਹੀ ਹੋ ਕੇ ਰਹਿ ਜਾਂਦਾ ਹੈ। ਇਮਾਰਤੀ ਸ਼ਿਲਪ ਕਲਾ ਦੇ ਮਾਹਿਰਾਂ ਇਸ ਸ਼ਹਿਰ ਦੀ ਖੂਬਸੂਰਤੀ ਦੇ ਬੜੇ ਸੋਹਲੇ ਗਾਏ ਹਨ। ਸੈਂਕੜੇ ਹੀ ਲੇਖ ਇਸ ਸ਼ਹਿਰ ਦੀ ਖੂਬਸੂਰਤੀ ਬਿਆਨਣ ਲਈ ਲਿਖੇ ਜਾ ਚੁੱਕੇ ਹਨ। ਇਸ ਸ਼ਹਿਰ ਦੇ ਨਿਵਾਸੀ ਇਸ ਸ਼ਹਿਰ ਦਾ ਜ਼ਿਕਰ ਜ਼ਰਾ ਜ਼ਿਆਦਾ ਹੀ ਤੌਰ ਨਾਲ ਕਰਦੇ ਹਨ। ਉਹਨਾਂ ਅੰਦਰ ਕਿਤੇ ਨਾ ਕਿਤੇ ਇਸ ਖੂਬਸੂਰਤ ਸ਼ਹਿਰ ਦੇ ਵਾਸੀ ਹੋਣ ਦਾ ਗੁਮਾਨ ਝਲਕ ਰਿਹਾ ਹੁੰਦਾ ਹੈ। ਪਰ ਦੁਖਦਾਈ ਅਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਹ ਸ਼ਹਿਰ ਕਿੰਨੇ ਪਿੰਡਾਂ ਦੀ ਕਬਰ 'ਤੇ ਉਸਰਿਆ ਹੋਇਆ ਹੈ। ਇਸ ਦੀ ਖੂਬਸੂਰਤੀ ਪਿੱਛੇ ਕਿੰਨੇ ਲੋਕਾਂ ਦਾ ਦੁਖਾਂਤ, ਦਰਦ ਅਤੇ ਹੰਝੂ ਛੁਪੇ ਹੋਏ ਹਨ। ਸ਼ਹਿਰ ਨੂੰ ਖੜ੍ਹਾ ਕਰਨ ਲਈ ਕਿੰਨੇ ਪਿੰਡਾਂ ਦਾ ਨਾਂ ਇਤਿਹਾਸ ਦੇ ਵਰਕੇ ਤੋਂ ਸਦਾ ਲਈ ਮਿਟਾ ਦਿੱਤਾ ਗਿਆ ਹੈ। ਹਜ਼ਾਰਾਂ ਲੋਕਾਂ ਨੂੰ ਉਜਾੜਿਆ ਗਿਆ। ਉਹਨਾਂ ਦੇ ਖੇਤ, ਖੂਹ, ਮਕਾਨ ਇਸ ਸ਼ਹਿਰ ਦੀ ਭੇਟ ਚੜ੍ਹ ਗਏ। ਕੌਡੀਆਂ ਦੇ ਭਾਅ ਉਹਨਾਂ ਦੀ ਜ਼ਮੀਨ ਹਥਿਆ ਲਈ ਗਈ। ਉਹੀ ਜ਼ਮੀਨ ਅੱਜ ਕਰੋੜਾਂ ਦੇ ਭਾਅ ਵਿਕਦੀ ਹੈ। ਸੋਹਣੇ ਸ਼ਹਿਰ ਦੀ ਤਾਮੀਰ ਲਈ ਮੂਲ ਵਾਸੀ ਉਜਾੜ ਦਿੱਤੇ ਗਏ। ਕਿੱਧਰ ਗਏ ਉਹ ਮੂਲ ਵਾਸੀ ਕਿਸੇ ਨੂੰ ਕੁਝ ਨਹੀਂ ਪਤਾ। ਕੁਝ ਵਿਚਾਰੇ ਦੂਰ ਦੁਰਾਡੇ ਮੁੜ ਵਸੇਬੇ ਲਈ ਨਿਕਲ ਗਏ। ਕੁਝ ਆਸ ਪਾਸ ਦੇ ਪਿੰਡਾਂ ਵਿੱਚ ਵੱਸ ਗਏ। ਆਪਣੇ ਘੁੱਗ ਵੱਸਦੇ ਪਿੰਡਾਂ 'ਚੋਂ ਨਿਕਲ ਕੇ ਉਹਨਾਂ ਦੇ ਪਰਾਏ ਹੋਣ ਦੀ ਤਖਤੀ ਸਦਾ ਲਈ ਉਹਨਾਂ ਦੇ ਗਲ ਵਿੱਚ ਪੈ ਗਈ ਹੈ। ਉਹਨਾਂ ਦੇ ਚੇਤਿਆਂ ਵਿੱਚੋਂ ਹਾਲੇ ਵੀ ਪੁਰਾਣੇ ਪਿੰਡ ਅਤੇ ਖੇਤ ਵਿਸਰੇ ਨਹੀਂ। ਅੱਜ ਵੀ ਉਹ ਆਪਣੇ ਖੇਤਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ। ਸਪੋਕਸਮੈਨ ਦੀ ਟੀਵੀ ਟੀਮ ਨੇ ਇਸ ਸ਼ਹਿਰ ਕਾਰਨ ਉਜੜੇ ਲੋਕਾਂ ਦੀ ਸ਼ਨਾਖਤ ਕਰਕੇ ਉਹਨਾਂ ਨਾਲ ਕੁਝ ਪਲ ਸਾਂਝੇ ਕੀਤੇ। ਉਹਨਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਦੀ ਚੀਸ ਨੂੰ ਪਕੜਨ ਦਾ ਉਪਰਾਲਾ ਕੀਤਾ। ਸੋ ਆਓ ਜਾਣਦੇ ਹਾਂ ਉਹਨਾਂ ਲੋਕਾਂ ਦਾ ਦਰਦ ਜਿਹੜੇ ਇਸ ਦਰਦ ਦੀ ਚੀਸ ਨੂੰ ਅੱਜ ਵੀ ਆਪਣੇ ਦਿਲ ਵਿੱਚ ਸਮਾਈ ਬੈਠੇ ਨੇ। ਦਰਸ਼ਕੋ, ਜਿਵੇਂ ਅਸੀਂ ਗੱਲਾਂ ਕਰ ਰਹੇ ਹਾਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀਆਂ, ਕਿ ਜਦੋਂ ਚੰਡੀਗੜ੍ਹ ਬਣਿਆ ਸੀਗਾ ਤਾਂ ਉਦੋਂ ਕਿੰਨੇ ਲੋਕ ਉਜੜੇ ਸੀਗੇ, ਕਿੰਨੇ ਪਿੰਡ ਉਜੜੇ ਸੀਗੇ, ਤਾਂ ਉਹਨਾਂ ਵਿੱਚੋਂ ਹੀ ਇੱਕ ਕਰੈਕਟਰ ਸਾਡੇ ਕੋਲ ਹਾਜ਼ਰ ਨੇ ਇਸ ਸਮੇਂ, ਡਾਕਟਰ ਸ਼ੇਰ ਸਿੰਘ ਜੀ। ਅੱਜ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਅੱਜ ਸਾਰੀ ਕਹਾਣੀ ਸੁਣਾਉਣਗੇ ਕਿ ਉਹ ਕਿਵੇਂ ਦੀ ਘਟਨਾ ਵਾਪਰੀ ਸੀਗੀ ਉਦੋਂ, ਅਤੇ ਕੀ ਇਹਨਾਂ ਨੇ ਦਰਦ ਆਪਣੇ ਦਿਲ ਦੇ ਵਿੱਚ ਸਮੋਏ ਹੋਏ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਪੋਕਸਮੈਨ ਟੀਵੀ 'ਤੇ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਚੰਡੀਗੜ੍ਹ ਦੀ ਗੱਲ ਹੋ ਰਹੀ ਹੈ, ਲੋਕ ਬਸ ਇਹ ਜਾਣਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਜਾਣਾ ਹੈਗਾ ਘੁੰਮਣਾ, ਇਹ ਬਹੁਤ ਸਾਰੀਆਂ ਥਾਵਾਂ ਨੇ, ਪਰ ਜਦੋਂ ਚੰਡੀਗੜ੍ਹ ਬਣਿਆ ਸੀਗਾ ਉਦੋਂ ਤੁਸੀਂ ਕੀ ਦਰਦ ਤੁਹਾਨੂੰ ਹੰਡਾਉਣੇ ਪਏ? ਉਮਰ ਕੀ ਸੀਗੀ ਜਦੋਂ ਚੰਡੀਗੜ੍ਹ ਬਣਨਾ ਸ਼ੁਰੂ ਹੋਇਆ? ਚੰਡੀਗੜ੍ਹ ਐਕਚੁਅਲੀ 1952 'ਚ ਬਣਨਾ ਸ਼ੁਰੂ ਹੋਇਆ। ਇਸ ਤੋਂ ਪਹਿਲਾਂ ਚੰਡੀਗੜ੍ਹ ਦੀ ਜਿਹੜੀ ਖਬਰ ਵੀ ਇੱਥੇ ਰਾਜਧਾਨੀ ਬਣਨੀ ਹੈ, ਉਹ ਚਰਚਾ 1948 'ਚ ਸ਼ੁਰੂ ਹੋਈ ਸੀ। ਉਹਦਾ ਉਸ ਵੇਲੇ ਪਹਿਲੀ ਜਿਹੜੀ ਖਬਰ ਸੀ ਉਹ ਕਿ 81-82 ਪਿੰਡਾਂ ਦਾ ਇੱਕ ਬਹੁਤ ਵੱਡਾ ਨਾਲ ਜਿਹੜੇ ਜੁੜਵੇਂ ਪਿੰਡ ਸੀ ਉਹਨਾਂ ਦੀ ਥਾਂ 'ਤੇ ਇਹ ਸ਼ਹਿਰ ਬਣਨਾ ਸੀ। ਜਦੋਂ ਇਹ ਇਲਾਕਾ ਬਹੁਤ ਬੈਕਵਰਡ ਸੀ, ਸਾਰਾ ਖੇਤੀ ਨਿਰਧਾਰਿਤ ਸੀ ਔਰ ਬਹੁਤਾ ਰੇਨ ਫੈਡ ਸੀ, ਪਾਣੀ ਦੇ ਸਾਧਨ ਕਿਤੇ ਕਿਤੇ ਕਿਸੇ ਕਿਸੇ ਪਿੰਡ 'ਚ ਥੋੜ੍ਹੇ ਬਹੁਤ ਸਨ। ਇਹ ਖਬਰ ਆਈ ਤਾਂ ਕਿਸਾਨੀ ਅਤੇ ਕਿਸਾਨੀ ਦੇ ਨਾਲ ਜੁੜੇ ਲੋਕ ਇੱਕਦਮ
ਉਹਨਾਂ ਨੂੰ ਐਡਾ ਵੱਡਾ ਸ਼ੌਕ ਲੱਗਾ ਕਿ ਇੰਨੇ ਪਿੰਡ ਉਜਾੜੇ ਜਾਣਗੇ, ਸ਼ਹਿਰ ਵਸਾਇਆ ਜਾਊਗਾ, ਕੀ ਬਣੂਗਾ, ਕਿੱਥੇ ਜਾਵਾਂਗੇ। ਇੱਕ ਕਿਸਮ ਦਾ ਹਾਹਾਕਾਰ ਮੱਚ ਗਿਆ, ਬਹੁਤ ਫਿਕਰਮੰਦੀ ਦਾ ਮਾਹੌਲ ਪੈਦਾ ਹੋ ਗਿਆ ਸੀ ਜੀ। ਤਾਂ ਉਸੇ ਸਮੇਂ ਕੁਝ ਸਰਕਾਰ ਦੇ ਆਪਣੇ ਅੰਦਰਲੇ ਸਰਕਲ ਦੇ ਵਿੱਚ ਵੀ ਚਰਚਾ ਚੱਲੀ ਹੋਣੀ ਹੈ ਵੀ ਐਡਾ ਵੱਡਾ ਇੱਕੋ ਦਮ ਸ਼ਹਿਰ ਕਿਵੇਂ ਬਣਾਇਆ ਜਾ ਸਕਦਾ ਹੈ, ਜਾਂ ਲੋਕਾਂ ਦੇ ਵਿੱਚ ਰਿਐਕਸ਼ਨ ਕੀ ਹੋਊਗਾ ਜੀ। ਉਹ ਫਿਰ ਘਟਦਿਆਂ ਘਟਦਿਆਂ ਉਹਨਾਂ ਨੇ ਸਭ ਤੋਂ ਪਹਿਲਾਂ 17 ਪਿੰਡਾਂ ਦੀ ਉਜਾੜਨ ਦੀ ਜਗ੍ਹਾ ਜ਼ਮੀਨ ਲੈਣ ਦਾ ਪਲੈਨ ਬਣਾਇਆ ਜੀ। ਪਹਿਲੇ 17 ਪਿੰਡ ਉਹਨਾਂ ਦੇ ਵਿੱਚ ਸਾਡਾ ਪਿੰਡ ਆਉਂਦਾ ਸੀ। ਮੈਂ ਕਿਹੜਾ ਪਿੰਡ ਹੈ ਸਰ ਤੁਹਾਡਾ? ਉਹ ਪਿੰਡ ਉਹ ਸਾਡੇ ਪਿੰਡ ਦਾ ਨਾਂ ਅਸਲ 'ਚ ਆਮ ਭੰਗੀ ਮਾਜਰਾ ਕਿਹਾ ਜਾਂਦਾ ਸੀ, ਇਹ ਰਿਕਾਰਡ ਦੇ ਵਿੱਚ ਰਾਮਨਗਰ ਉਰਫ ਭੰਗੀ ਮਾਜਰਾ। ਅਤੇ ਛੋਟਾ ਜਿਹਾ ਪਿੰਡ ਸੀ, 24-25 ਘਰ ਸੀਗੇ, ਜਿਨ੍ਹਾਂ ਦੇ ਵਿੱਚ ਇੱਕ ਘਰ ਤਰਖਾਣਾ ਦਾ, ਇੱਕ ਲਬਾਣਿਆਂ ਦਾ, ਇਸ ਤਰ੍ਹਾਂ ਦਾ, ਬਾਕੀ ਜ਼ਿਮੀਂਦਾਰਾਂ ਦੇ ਸੀਗੇ। ਤਕਰੀਬਨ 2 ਘਰ ਸੀਗੇ ਪੱਕੇ ਕਹਿ ਲਓ। ਸਾਡਾ ਘਰ ਸੀਗਾ, ਸਾਡੇ ਪਿਤਾ ਜੀ ਜਮਾਦਾਰ ਲਛਮਣ ਸਿੰਘ, ਫਸਟ ਪਟਿਆਲਾ ਲੈਂਸਰ ਦੇ ਹੈੱਡ ਕਲਰਕ ਸੀ, ਅਤੇ ਉਹਨਾਂ ਦੀ ਮਿਹਨਤ ਸਦਕਾ ਸਾਡਾ ਉੱਥੇ ਡਬਲ ਸਟੋਰੀ ਚੁਬਾਰੇ ਬਣੇ ਹੋਏ ਸੀ। ਅਤੇ ਬਾਕੀ ਸਾਰਾ ਪਿੰਡ ਤਕਰੀਬਨ ਕੱਚਾ ਸੀ। ਇੱਕ ਹਵੇਲੀ ਉੱਥੇ ਸੀਗੀ, ਸਰਦਾਰ ਛੱਜਾ ਸਿੰਘ ਦੀ ਹਵੇਲੀ। ਉਹਨਾਂ ਨੇ ਵੀ ਬੜੀ ਮਿਹਨਤ ਕਰਕੇ ਪੱਥਰਾਂ ਦੀ ਚਾਰ ਦੀਵਾਰੀ ਬਣਾਈ ਸੀ, ਅਤੇ ਇੱਕ ਉਹ ਸੀ। ਬਾਕੀ ਤਕਰੀਬਨ ਕਿਸੇ ਨੇ ਕੰਧ ਕੌਲਾ ਪੱਕਾ ਕਰ ਲਿਆ, ਨਹੀਂ ਤਾਂ ਕੱਚੇ ਘਰ ਸੀਗੇ। ਅਤੇ ਪਿੰਡ ਦੇ ਵਿੱਚ ਸਾਡੇ ਪਿੰਡ ਦੀ ਜ਼ਮੀਨ ਤਕਰੀਬਨ ਇਸ ਤਰ੍ਹਾਂ ਸੀ ਵੀ ਹਰ ਮੌਸਮ ਦੇ ਵਿੱਚ ਹਰ ਕਿਸਮ ਦੀ ਫਸਲ ਹੁੰਦੀ ਸੀ, ਮੂੰਗਫਲੀ ਤੋਂ ਲੈ ਕੇ ਦਾਲਾਂ ਤੋਂ ਲੈ ਕੇ ਕਮਾਦ ਔਰ ਧਾਨ, ਇਹ ਸਾਰੀਆਂ ਫਸਲਾਂ ਸਾਡੇ ਪਿੰਡ 'ਚ ਹੁੰਦੀਆਂ ਸੀਗੀਆਂ। ਉਪਜਾਊ ਖੇਤੀ ਦੇ ਲਾਇਕ ਸੀਗੀ, ਉਪਜਾਊ ਸੀ। ਔਰ ਤਾਂ ਹੀ ਦੱਸਿਆ ਵੀ ਇੱਕ ਪਾਸੇ ਤਾਂ ਧਾਨ ਵੀ ਹੁੰਦੇ ਸੀ, ਦੂਜੇ ਪਾਸੇ ਮੱਕੀ ਵਗੈਰਾ ਵੀ ਹੁੰਦੀ ਸੀ, ਕਮਾਦ ਵੀ ਹੁੰਦਾ ਸੀ, ਮੂੰਗਫਲੀ ਵੀ ਹੁੰਦੀ ਸੀ, ਦਾਲਾਂ ਵੀ ਹੁੰਦੀਆਂ ਸੀ, ਸਾਰਾ ਕੁਛ ਮਤਲਬ ਹੈ ਉੱਥੇ ਸਾਡੇ ਪਿੰਡ ਦੀ ਜ਼ਮੀਨ 'ਚ। ਜਿੱਥੇ ਸਾਡਾ ਪਿੰਡ ਸੀ, ਪੰਜਾਬ ਗਵਰਨਰ ਦੀ ਰਿਹਾਇਸ਼ ਜਿਹੜੀ ਸਭ ਤੋਂ ਪਹਿਲਾਂ ਬਣੀ ਸੀ, ਉਹ ਸਾਡੇ ਘਰ ਜਿੱਥੇ ਅਸੀਂ ਬੈਠਦੇ ਸਨ, ਜਿੱਥੇ ਅਸੀਂ 2 ਮੰਜ਼ਿਲਾ ਘਰ ਬਣਾਇਆ ਸੀ, ਉਹ ਪੰਜਾਬ ਗਵਰਨਰ ਦੀ ਰਿਹਾਇਸ਼ ਸੀ। ਚਲੋ, ਗਵਰਨਰ ਦੀ ਰਿਹਾਇਸ਼ ਹੈ ਸਰ, ਅੱਜ ਵੀ ਤੁਹਾਨੂੰ ਉਹ ਦਿਨ ਯਾਦ ਆਉਂਦੇ ਹੋਣੇ, ਹੈ ਨਾ, ਪੁਰਾਣੇ ਘਰ ਵੀ ਕਦੇ ਵੀ ਚੇਤਾ ਆ ਜਾਂਦਾ ਹੋਣਾ, ਦਿਲ ਦੇ ਵਿੱਚ ਕਿਵੇਂ ਦੀ ਚੀਜ਼ ਪੈਂਦੀ ਆ ਉਦੋਂ? ਚੀਜ਼ ਦੀ ਤਾਂ ਕਹਾਣੀ ਮੈਂ ਤੁਹਾਨੂੰ ਇੱਕ ਪਰਸਨਲ ਦੱਸ ਦਿੰਦਾ। ਜਦੋਂ ਚੰਡੀਗੜ੍ਹ ਅੰਡਰ ਕੰਸਟਰਕਸ਼ਨ ਸੀ, ਮੈਨੂੰ ਯਾਦ ਨਹੀਂ ਕਿ ਸੰਬੰਧ 'ਚ ਉੱਥੋਂ ਹੀ ਆਪਣੇ ਘਰ ਦੇ ਸਾਹਮਣੇ, ਮਤਲਬ ਉੱਥੋਂ ਲੰਘਣ ਦਾ ਮੌਕਾ ਮਿਲਿਆ, ਮੀਂਹ ਪੈਣ ਲੱਗ ਗਿਆ ਸੀ। ਅਤੇ ਮੀਂਹ ਪਿਆ, ਮੈਂ ਕਿਤੇ ਸ਼ਰਨ ਲੱਗਦਾ ਸੀ ਕਿੱਥੇ ਜਾਵਾਂ, ਫਿਰ ਗਵਰਨਰ ਦੇ ਘਰ ਤਾਂ ਮੈਂ ਪੜ੍ਹ ਨਹੀਂ ਸੀ ਸਕਦਾ। ਉੱਥੇ ਫਲਾਣਾ ਸਾਡਾ ਇੱਕ ਸੀਗਾ ਜਮੋਆ, ਜਮੋਏ ਦੇ ਓਟ 'ਚ ਮੈਂ ਉਹ ਮੀਂਹ ਦੀਆਂ ਵਿਛਾੜਾਂ ਦੇਖੀਆਂ, ਔਰ ਨਾਲ ਉੱਥੇ ਖਲੋ ਕੇ ਰੋਇਆ ਵੀ, ਸਭ ਕੁਛ ਉੱਧਰ ਘਰ ਦਿਸਦਾ ਸੀ, ਉੱਧਰ ਮੀਂਹ ਪੈਂਦਾ ਸੀ, ਉੱਧਰ ਮੈਂ ਰੋਂਦਾ ਸੀ ਵੀ ਆਹ ਸੀ ਅਤੇ ਇਹ ਹਾਲ ਹੋਈ ਹੈ। ਇਸ ਤਰ੍ਹਾਂ ਦੀ ਮਤਲਬ ਹੈ, ਇਕੱਲੀ ਮੇਰੇ ਨਾਲ ਨਹੀਂ, ਬੇਸ਼ੁਮਾਰ ਲੋਕਾਂ ਨਾਲ ਹੋਈਆਂ ਹੋਣੀਆਂ। ਇਹ ਵੀ ਉਦੋਂ ਚਰਚਾ ਸੁਣੀ ਸੀ ਵੀ ਜਿਸ ਵਕਤ ਪਹਿਲੀ ਵਾਰੀ 82 ਪਿੰਡਾਂ ਦੀ ਖਬਰ ਆਈ ਸੀ, ਤਾਂ ਇੱਕ ਜ਼ਿਮੀਂਦਾਰ ਨੇ ਤਾਂ ਹੌਂਕੇ 'ਚ ਉਹ ਪੂਰਾ ਹੀ ਹੋ ਗਿਆ ਸੀ, ਕਿਉਂਕਿ ਕੋਈ ਸਾਧਨ ਹੋਰ ਹੈ ਹੀ ਨਹੀਂ ਸੀ ਸਵਾਇਸ ਤੋਂ, ਨਾ ਨੌਕਰੀ ਸੀ, ਨਾ ਦੁਕਾਨ ਸੀ, ਨਾ ਸ਼ਹਿਰ ਸੀਗਾ। ਜਿਹੜੇ ਲੋਕ ਚੰਡੀਗੜ੍ਹ ਘੁੰਮਣ ਜਾਂਦੇ ਨੇ, ਬੜੇ ਹੀ ਐਸ਼ ਕਰਦੇ ਹਾਂ ਆਪਾਂ, ਪਰ
ਜੋ ਚੰਡੀਗੜ੍ਹ ਜਦੋਂ ਬਣਿਆ ਉਦੋਂ ਕੀ ਦੁਖਾਂਤ ਹੋਇਆ ਉਹ ਡਾਕਟਰ ਸਾਹਿਬ ਦੀਆਂ ਅੱਖਾਂ ਦੇ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਕਿ ਕੀ ਇਹਨਾਂ ਨੇ ਦਰਦ ਜਿਹੜੇ ਹੈਗੇ ਆ ਜਦੋਂ ਤੱਕ ਇਹਨਾਂ ਦੀ ਜ਼ਿੰਦਗੀ ਹੈਗੀ ਆ ਉਦੋਂ ਤੱਕ ਇਹ ਦਰਦ ਇਹਨਾਂ ਦੇ ਸੀਨੇ ਦੇ ਵਿੱਚ ਰਹਿਣਗੇ। ਸਾਡਾ ਪਿੰਡ ਇਹ ਸੀਗਾ ਜੀ ਰੁੜਕੀ ਪੜਾਅ, ਜੋ ਕਿ ਚੰਡੀਗੜ੍ਹ ਦੇ ਵਿੱਚ ਆ ਗਿਆ, ਉੱਥੋਂ ਸਾਨੂੰ ਉਠਾਇਆ ਗਿਆ। ਕਿੰਨੇ ਸੈਕਟਰ ਦੇ ਵਿੱਚ ਪੈਂਦਾ ਸੀ? ਉਹ ਸੈਕਟਰ 22 ਔਰ 21 ਦੇ ਵਿੱਚ ਪੈਂਦਾ ਸੀਗਾ। 17 ਬੱਸ ਸਟੈਂਡ ਦੇ ਪਿਛਲੇ ਇਸ ਪਾਸੇ ਹੈ, 22 ਸੈਕਟਰ ਜਿਹੜਾ ਹੈ ਪਿਕਾਡਲੀ ਹੈ ਜਿੱਥੇ, ਔਰ 21 ਸੈਕਟਰ ਉੱਥੇ ਪਿੰਡ ਸੀ। ਕੁਝ ਉੱਚੇ ਥਾਂ 'ਤੇ ਸੀ, ਕੁਛ ਨੀਵੇਂ ਥਾਂ 'ਤੇ ਸੀ। ਕਿੰਨਾ ਕੁ ਵੱਡਾ ਪਿੰਡ ਸੀ? ਪਿੰਡ ਬਹੁਤ ਵੱਡਾ ਸੀ ਜੀ। ਕਿੰਨੀ ਕੁ ਆਬਾਦੀ ਹੋਣੀ ਉਸ? ਮੇਰਾ ਖਿਆਲ ਹੈ ਵੀ ਆਬਾਦੀ ਹੋਣੀ ਹੈ ਉਸ ਵੇਲੇ 1000 ਦੇ ਕਰੀਬ ਹੋਣੀ ਹੈ ਜੀ। ਜੀ ਬਹੁਤ ਵੱਡਾ ਪਿੰਡ ਸੀ ਜੀ। ਕੋਈ ਫਸਲਾਂ ਕਿਹੜੀਆਂ ਹੁੰਦੀਆਂ? ਫਸਲ ਹਰ ਇੱਕ ਚੀਜ਼ ਫਸਲ ਹੁੰਦੀ ਸੀ ਜੀ। ਸਰ੍ਹੋਂ ਹੁੰਦੀ ਸੀ, ਕਣਕ ਹੁੰਦੀ ਸੀ, ਮੂੰਗਫਲੀ ਵੀ ਹੁੰਦੀ ਸੀਗੀ, ਧਾਨ ਹੁੰਦੇ ਸੀਗੇ, ਕਮਾਦ ਹੁੰਦਾ ਸੀਗਾ, ਮਤਲਬ ਆਲੂ ਵਗੈਰਾ ਹਰ ਚੀਜ਼ ਦੀ ਫਸਲ ਹੁੰਦੀ ਸੀ ਜੀ ਉੱਥੇ। ਕਦੋਂ ਤੁਹਾਨੂੰ ਨੋਟਿਸ ਆਏ ਪਹਿਲੀ ਵਾਰ, ਕਦੋਂ ਸ਼ੁਰੂ ਹੋਇਆ ਸਿਲਸਿਲਾ ਕਿ ਤੁਹਾਨੂੰ ਕਿਹਾ ਗਿਆ ਕਿ ਦੇਖੋ ਜਦੋਂ ਛੱਡ ਕੇ ਚਲੇ ਜਾਓ? ਨੋਟਿਸਾਂ ਦਾ ਤਾਂ ਮੈਨੂੰ ਇੰਨਾ ਪਤਾ ਨਹੀਂ, ਕਿਉਂਕਿ ਮੈਂ ਬਾਹਰ ਸੀਗਾ, ਮੁੰਦੋਂ ਆਪਣੇ ਨਾਨਕੇ ਰਹਿੰਦਾ ਸੀਗਾ। ਅਤੇ ਜਦੋਂ ਮੈਂ ਇੱਥੇ ਪਿੰਡ ਵਿੱਚ ਆਇਆ ਉੱਥੇ, ਤਾਂ ਉੱਥੇ ਪਤਾ ਲੱਗਿਆ ਵੀ ਇੱਥੇ ਚੰਡੀਗੜ੍ਹ ਬਣਨਾ, ਇਹਨਾਂ ਨੇ ਸਾਡੇ ਪਿੰਡ ਜਿਹੜੇ 17 ਪਿੰਡ ਪਹਿਲਾਂ ਅਕੁਆਇਰ ਕਰਨੇ ਹੈ। ਖਰੜ ਰੋਡ 'ਤੇ ਜਿਹੜੀ ਮਨੀ ਮਾਜਰਾ ਖਰੜ ਰੋਡ ਸੀ, ਉਸ 'ਤੇ ਮੁਜ਼ਾਹਰੇ ਕੀਤੇ, ਬਹੁਤ ਜੇਲ੍ਹਾਂ ਵੀ ਗਈਆਂ, ਕੱਟੀਆਂ, ਡੰਡੇ ਵੀ ਖਾਧੇ ਪੁਲਿਸ ਦੇ, ਕਾਫੀ ਕੁਛ ਹੋਇਆ ਜੀ ਉੱਥੇ। ਤੁਹਾਡੀ ਕਿੰਨੀ ਉਮਰ ਸੀ ਜਦੋਂ? ਮੈਂ ਅਸੀਂ ਜਦ ਇੱਥੇ ਆਏ ਹਾਂ ਅਸੀਂ, ਮੇਰੀ ਤਕਰੀਬਨ 15 ਸਾਲ ਦੀ ਉਮਰ ਸੀਗੀ। ਤੁਸੀਂ ਵੀ ਵਿਰੋਧ ਪ੍ਰਦਰਸ਼ਨ ਦੇ ਵਿੱਚ? ਵਿਰੋਧ ਪ੍ਰਦਰਸ਼ਨ ਵਿੱਚ ਨਹੀਂ ਸੀ, ਮੈਂ ਸਕੂਲ ਜਾਂਦਾ ਹੁੰਦਾ ਸੀਗਾ। ਤੁਹਾਡੇ ਪਿਤਾ ਜੀ ਹੋਏ ਸ਼ਾਮਿਲ? ਪਿਤਾ ਜੀ ਸ਼ਾਮਿਲ ਹੋਏ, ਸਾਰੇ ਪਿੰਡ ਦੇ ਸ਼ਾਮਿਲ ਹੋਏ ਸੀ, ਬਜ਼ੁਰਗ ਤੋਂ ਲੈ ਕੇ ਅਤੇ ਮਤਲਬ ਛੋਟੇ ਤੋਂ ਛੋਟੇ ਜਿਹੜਾ ਪਿੰਡ ਰਹਿੰਦਾ ਸੀ ਸਾਰੇ ਉਹਦੇ ਵਿੱਚ ਸ਼ਾਮਿਲ ਹੋਏ ਨੇ। ਸੰਨ 1950 ਵਿੱਚ ਜਦੋਂ ਚੰਡੀਗੜ੍ਹ ਦੀ ਇੱਥੇ ਬਣਾਈ ਗਈ ਚੰਡੀਗੜ੍ਹ, ਉਸ ਟਾਈਮ ਤਕਰੀਬਨ ਉੱਥੋਂ 17-18 ਪਿੰਡਾਂ ਨੂੰ ਉਜਾੜਾ ਝੱਲਣਾ ਪਿਆ। ਇਹਦੇ ਵਿੱਚ ਸਾਡਾ ਪਿੰਡ ਕਾਲੀਵੜ ਜੋ ਮੌਜੂਦਾ ਸੈਕਟਰ 8 ਵਿੱਚ ਸੀਗਾ, ਅਤੇ ਨਾਲ ਹੀ ਨਾਲ ਰੁੜਕੀ ਦਾ ਪਿੰਡ ਸੀ ਸਾਡੇ ਪੜੋਸ 'ਚ, ਜ਼ਮੀਨਾਂ ਇੱਕ ਦੂਜੇ ਨਾਲ ਮਿਲਦੀਆਂ ਜੁਲਦੀਆਂ ਸੀ। ਜਿਸ ਟਾਈਮ ਉਜਾੜਾ ਪਿਆ ਲੋਕਾਂ 'ਤੇ ਬਹੁਤ ਹੀ ਵਿਪਤਾ, ਅਤੇ ਉਹਨਾਂ ਨੇ ਬੜੀਆਂ ਹੀ ਪ੍ਰੋਬਲਮਾਂ ਸਹੀਆਂ, ਲਾਠੀਆਂ ਵੀ ਖਾਣੀਆਂ ਪਈਆਂ ਅਤੇ ਉੱਧਰ ਉੱਧਰ ਦੀਆਂ ਠੋਕਰਾਂ ਵੀ ਖਾਣੀਆਂ ਪਈਆਂ। ਗਰੀਬੀ ਬਹੁਤ ਸੀਗਾ ਦੇਸ਼ ਵਿੱਚ, 1950 'ਚ ਕੋਈ ਉਹ ਨਹੀਂ ਸੀਗਾ। ਸਾਡੀ ਜ਼ਮੀਨ ਦੇ ਨਾਲ ਨਾਲ ਜਿਹੜੀ ਸਾਡੀ ਰੁਜ਼ਗਾਰ ਹੈ ਉਸ ਟਾਈਮ ਦਾ, ਕਿਸੇ ਇਨਸਾਨ ਦੀ ਰੁਜ਼ਗਾਰ ਖੋਹੀ ਜਾਵੇ ਉਹਨੂੰ ਕਿੰਨਾ ਦੁੱਖ ਹੁੰਦਾ, ਕਿਸੇ ਦੀ ਜੋਬ ਖੋਹ ਲਈ ਜਾਏ, ਉਹਨੂੰ ਨੌਕਰੀਓਂ ਕੱਢ ਦਿੱਤਾ ਜਾਵੇ, ਉਹਦਾ ਇਨਕਮ ਸੋਰਸ ਖਤਮ ਹੋ ਗਿਆ। ਉਸ ਟਾਈਮ ਸਾਨੂੰ ਬਹੁਤ ਹੀ ਇੰਨੇ ਦੁੱਖ ਝੱਲਣੇ ਪਏ ਵੀ ਬੇਹਿਸਾਬ। ਲੋਕਾਂ ਨੇ ਇਹਦਾ ਵਿਰੋਧ ਵੀ ਕਰਿਆ, ਲੇਕਿਨ ਗਰੀਬੀ ਸੀ, ਗਰੀਬੀ ਦੇ ਟਾਈਮ 'ਤੇ ਸਰਕਾਰ ਨਾਲ ਕੌਣ ਟੱਕਰ ਲੈ ਸਕਦਾ ਹੈ। ਮੁਜ਼ਾਹਰੇ ਕੀਤੇ, ਸਭ ਅੰਦਰ ਵੀ ਹੋਏ, ਜੇਲ੍ਹਾਂ 'ਚ ਵੀ ਹੋਏ, ਲਾਠੀਆਂ ਖਾਧੀਆਂ, ਜ਼ਖਮੀ ਹੋਏ, ਅਤੇ ਉਦੋਂ ਸਾਨੂੰ ਉੱਥੋਂ ਉਜਾੜਾ ਦੇ ਕੇ ਇੱਥੇ ਜਿੱਥੇ ਵੀ ਅਲੱਗ ਅਲੱਗ ਥਾਵਾਂ 'ਤੇ ਜਾਣਾ ਪਿਆ। ਇਹਦੇ ਵਿੱਚ ਲੋਕਾਂ ਨੂੰ ਬਹੁਤ ਤਸ਼ੱਦਦ ਕਰਨੀ ਪਈ, ਅਤੇ ਇੱਥੇ ਅਸੀਂ ਪਿੰਡ ਡਰਾਈਵਰ ਕਲਾਂ 'ਚ ਸਾਨੂੰ ਇੱਥੇ ਜ਼ਮੀਨਾਂ ਅਲੋਟ ਹੋਈਆਂ, ਲੇਕਿਨ ਜੋ ਜ਼ਮੀਨ ਅਲੋਟ ਹੋਈ ਹੈ ਜੋ ਉੱਥੇ ਸਾਨੂੰ ਕੀਮਤ ਸੀ ਉਹਦੀ 14 ਆਨੇ, ਇੱਥੇ ਸਾਨੂੰ 11 ਆਨੇ ਉੱਥੇ ਦਿੱਤੀ ਗਈ। ਇਹ ਤਾਂ ਕੀਮਤ ਵੀ ਜ਼ਮੀਨ ਦੀ ਸਾਡੀ ਬਹੁਤ ਘੱਟ ਹੋਈ। ਕਹਿਣ ਤੋਂ ਭਾਵ ਹੈ ਕਿ ਚੰਗੀ ਜ਼ਮੀਨ ਦੇ ਬਦਲੇ ਮਾੜੀ ਜ਼ਮੀਨ ਮਿਲ ਗਈ। ਇੱਥੇ ਜੰਗਲ ਏਰੀਆ ਸੀਗਾ ਪੂਰਾ, ਦਿਨੇ ਵੀ ਇੱਥੇ ਚੰਡੀ ਮੰਦਿਰ ਤੋਂ ਜਿਵੇਂ ਕਿ ਜੰਗਲੀ ਜਾਨਵਰ ਨੇ ਉਹ ਵੀ ਆਉਂਦੇ ਸੀਗਾ, ਫਿਰ ਇਹਨਾਂ ਨੇ ਕਾਰਟੀਲਾਈਜ਼ ਕਰਿਆ ਇਹਨੂੰ, ਸਾਰੀ ਜ਼ਮੀਨ ਨੂੰ ਜੰਗਲਾਂ ਨੂੰ ਤੋੜ ਕੇ ਇੱਥੇ ਲੋਕਾਂ ਨੇ ਫਿਰ ਗਰੀਬੀ ਦੇ ਵਿੱਚ ਉਹ ਜ਼ਮੀਨ ਨੂੰ ਫਿਰ ਆਬਾਦ ਕਰਕੇ ਇਹਦੇ ਵਿੱਚ ਫਸਲ ਪੈਦਾ ਕਰਨ ਲੱਗੇ, ਅਤੇ ਆਪਣੀ ਰੋਜ਼ੀ ਰੋਟੀ 'ਤੇ ਆ ਕੇ ਕੱਚੇ ਮਕਾਨ ਬਣਾ ਕੇ ਜਿਵੇਂ ਵੀ ਹੈ, ਜਿਵੇਂ ਕਿਸੇ ਦੇਸ਼ 'ਚੋਂ ਕਿਸੇ ਨੂੰ ਉਜਾੜਿਆ ਜਾਵੇ ਅਤੇ ਉਹਨਾਂ ਨੂੰ ਅੱਗੇ ਬਿਠਾ ਦਿੱਤਾ ਜਾਵੇ, ਉਹਨਾਂ ਆਪਣੀ ਮਿਹਨਤ ਨਾਲ ਪੂਰੀ ਨਾਲ ਫਿਰ ਇਹਨਾਂ ਨੇ ਇੱਥੇ ਆ ਕੇ ਜੋ ਵੀ ਹੈ ਚੰਡੀਗੜ੍ਹ ਦੁਬਾਰਾ ਵਸੇਬਾ ਹੋਇਆ। ਦੁਬਾਰਾ ਵਸੇਬੇ 'ਚ ਸਾਨੂੰ ਕਿਹਾ ਗਿਆ ਵੀ ਤੁਹਾਡੀ ਜਿਹੜੀ ਅਲੋਟ ਕੀਤੀ ਗਈ ਆ ਜ਼ਮੀਨ ਹੈ, ਤੁਹਾਨੂੰ ਦੁਬਾਰਾ ਇਹ ਨਹੀਂ ਅਲੋਟ ਕੀਤੀ ਜਾਵੇਗੀ ਅਤੇ ਨਾ ਹੀ ਤੁਹਾਨੂੰ ਉਜਾੜਿਆ ਜਾਵੇਗਾ। ਮਤਲਬ ਦੁਬਾਰੇ ਅਕੁਆਇਰ ਹੋਰ ਕੰਮ ਵਾਸਤੇ ਨਹੀਂ ਕੀਤੀ ਜਾਵੇ? ਹਾਂ, ਹੋਰ ਕਿਸੇ ਕੰਮ ਵਾਸਤੇ ਨਹੀਂ ਕੀਤੀ ਜਾਊਗੀ। ਜੋ ਕਿਸੇ ਨੂੰ ਜੋ ਅਲੋਟਮੈਂਟ ਹੁੰਦੀ ਆ ਉਹ ਦੁਬਾਰਾ ਅਕੁਆਇਰ ਨਹੀਂ ਕੀਤੀ ਜਾਂਦੀ। ਲੇਕਿਨ ਸਾਡੇ ਨਾਲ ਹੁਣ ਫਿਰ ਇੰਡਸਟਰੀਅਲ ਫੇਸ 3 ਬਣ ਗਿਆ ਇੱਥੇ, ਫਿਰ ਸਾਡੇ ਨਾਲ ਜਾਤੀ ਹੋਈ, ਉਹਦੇ ਵਿੱਚ ਵੀ ਸਾਨੂੰ ਸਹੀ ਕੀਮਤਾਂ ਨਹੀਂ, ਕੌਡੀਆਂ ਦੇ ਭਾਅ ਇਹਨਾਂ ਨੇ ਜ਼ਮੀਨ ਖਰੀਦੀ ਪ੍ਰਸ਼ਾਸਨ ਨੇ। ਰੇਟ ਦਿੱਤਾ ਤੁਹਾਨੂੰ? 12 ਲੱਖ ਦਾ ਦਿਆ ਜੀ ਇਹਨਾਂ ਨੇ ਰੇਟ ਸਾਨੂੰ। ਭਾਅ ਚੱਲਦਾ ਇੱਥੇ ਜ਼ਮੀਨ ਦਾ? ਇੱਥੇ ਤਾਂ ਜ਼ਮੀਨ ਦਾ ਇਸ ਟਾਈਮ ਜੀ, ਇਸ ਟਾਈਮ ਤਾਂ 1 ਕਰੋੜ ਤੋਂ ਉੱਪਰ ਹੈ ਜੀ। ਜੀ ਜੀ ਜੀ, ਕਰੋੜ ਤੋਂ ਉੱਪਰ। ਤੁਹਾਡੇ ਨਾਲ ਠੱਗੀਬਾਜ਼ੀ ਕੀਤੀ? ਠੱਗੀਬਾਜ਼ੀ, ਸੌਦੇਬਾਜ਼ੀ ਹੋਈ ਜੀ। ਇਹਨਾਂ ਨੇ ਖਰੀਦ ਕੇ ਸਸਤੇ ਭਾਅ ਦੀ ਸੋਨੇ ਦੇ ਭਾਅ ਵੇਚ ਰਹੇ ਨੇ। ਹੁਣ ਕੀ ਰੇਟ ਵੇਚੇ ਸਰਕਾਰ ਨੇ? ਸਰਕਾਰ ਦਾ ਤਾਂ ਹੁਣ 5-5 ਮਰਲੇ ਦਾ 20-20 ਲੱਖ ਰੁਪਈਆ
ਪੰਜ ਮਰਲੇ ਦਾ ਕਰੋੜਾਂ 'ਚ ਇਹਨਾਂ ਦਾ ਵੇਚ ਰਹੇ ਨੇ ਬਣਾ ਕੇ ਪਲਾਟ 12 ਲੱਖ 'ਚ ਲੈ ਕੇ ਕੌਡੀਆਂ ਦੇ ਭਾਅ ਲਈ ਇਹਨਾਂ ਨੇ। ਫਿਰ ਸਾਨੂੰ ਇਹ ਜਿਹੜਾ ਉਜਾੜਾ ਇੱਥੋਂ ਫਿਰ ਹੁਣ ਸਾਨੂੰ ਸਹਿਣਾ ਪਿਆ। ਦੁਬਾਰਾ ਸਾਡੀ ਰੋਜ਼ੀ ਰੋਟੀ ਜੋ ਕਲਟੀਵੇਟਰ ਇਹ ਜ਼ਮੀਨ ਤੋਂ ਅਸੀਂ ਆਪਣੇ ਪਰਿਵਾਰਾਂ ਨੂੰ ਪਾਲ ਰਹੇ ਸੀਗਾ, ਇਹ ਬਗੈਰ ਦੱਸਿਆਂ ਸਾਨੂੰ ਫਿਰ ਉਜਾੜਾ ਝੱਲਣਾ ਪਿਆ। ਅੱਛਾ ਇਹ ਦੱਸੋ, ਜਦੋਂ ਤੁਸੀਂ ਹੁਣ ਕਦੇ ਚੰਡੀਗੜ੍ਹ ਜਾਂਦੇ ਹੋ, ਜਦੋਂ ਤੁਸੀਂ 8 ਸੈਕਟਰ ਦੇ ਗੁਰਦੁਆਰੇ ਕੋਲ ਦੀ ਲੰਘਦੇ ਹੋ, ਕਿਹਨੀਆਂ ਯਾਦਾਂ ਆਉਂਦੀਆਂ ਵੀ ਸਾਡਾ ਇੱਥੇ ਘਰ? ਸਾਨੂੰ, ਮੈਂ ਉਸ ਸਮੇਂ 5 ਸਾਲ ਦਾ ਸੀ, ਮੇਰੀ ਦਾਦੀ ਲੈ ਕੇ ਗਈ ਸੀਗਾ ਅਤੇ ਉੱਥੇ ਜੋ ਵੀ ਜਿਸ ਤਰ੍ਹਾਂ ਬਣਤਰ ਸੀਗਾ, ਹੁਣ ਅਸੀਂ ਜਾਂਦੇ, ਸਾਨੂੰ ਇੱਕ ਬਹੁਤ ਵੱਡਾ ਧੱਕਾ ਲੱਗਦਾ ਹੈ, ਦਿਲ ਨੂੰ ਮਹਿਸੂਸ ਹੁੰਦਾ ਵੀ ਜਿਵੇਂ ਸਾਡਾ ਕੁਛ ਲੁੱਟ ਗਿਆ ਹੋਵੇ। ਅਸੀਂ ਉਸ ਟਾਈਮ ਦੇ ਵਿੱਚ ਜੀ, ਜਿਸ ਟਾਈਮ ਸਾਡੇ ਮਕਾਨ ਢਾਹੇ ਗਏ, ਸਾਨੂੰ ਉਜਾੜਿਆ ਗਿਆ, ਅਸੀਂ ਉਹਨਾਂ ਨੂੰ ਕਹਿ ਰਹੇ ਵੀ ਸਾਨੂੰ ਜ਼ਮੀਨ ਵੀ ਅਲਾਟ ਨਹੀਂ ਕਰੀ, ਨਾ ਆਬਾਦੀ ਅਲਾਟ ਕਰੀ ਹੈ ਵੀ ਸਾਨੂੰ ਟਾਈਮ ਦਿਓ ਕੁਛ। ਉਹਨਾਂ ਨੇ ਸਾਨੂੰ ਟਾਈਮ ਦਿਆ, ਸਾਡਾ ਸਾਰਾ ਪਿੰਡ ਢਾਹ ਦਿਆ ਬਲਡੋਜ਼ਰ ਨਾਲ, ਬਲਡੋਜ਼ਰ ਨਾਲ ਢਾਹਿਆ ਵਾ। ਅਸੀਂ ਫਿਰ 2 ਸਾਲ ਬਾਗਾਂ ਵਿੱਚ ਅਸੀਂ ਤਰਪਾਲਾਂ ਤਾਣ ਕੇ, ਉੱਥੇ ਖੇਸ ਤਾਣ ਕੇ ਗੱਡਿਆਂ 'ਤੇ ਤਾਂ ਉੱਥੇ ਕੱਟੀ, ਬਰਸਾਤ ਲੱਗੀ ਵੀ ਦੀ ਬਹੁਤ। ਬਾਹਰ ਹੀ ਬੈਠੇ ਰਹੇ? ਬਾਹਰ ਬੈਠੇ ਰਹੇ, ਹਾਂਜੀ। ਅੱਛਾ, 2 ਸਾਲ ਬਾਅਦ ਸਾਨੂੰ 54 ਵਿੱਚ ਜ਼ਮੀਨ ਅਲਾਟ ਕਰੀ ਫਿਰ। ਨਹੀਂ, ਫਿਰ ਰੋਟੀ ਟੁੱਕ ਕਿਵੇਂ ਬਣਾਉਂਦੇ ਸੀ ਬਾਹਰ? ਅਸੀਂ ਬਾਹਰ ਹੀ ਬਣਾਉਂਦੇ ਤੇ ਗੱਡਿਆਂ ਕੇ, ਗੱਡੇ ਉੱਪਰੋਂ ਲਾਲ ਕੇ ਹੇਠਾਂ ਗੱਡਿਆਂ ਕੇ ਬਣਾਉਂਦੇ ਤੇ, ਹਾਂਜੀ। ਹਾਂ, ਫਿਰ ਅੱਗੇ ਕੀ ਹੋਇਆ? ਫਿਰ ਸਾਨੂੰ 54 ਵਿੱਚ ਜ਼ਮੀਨ ਅਲਾਟ ਕਰੀ ਜੀ। ਫਿਰ ਉਹਨਾਂ ਨੇ ਮਨੌਲੀ ਵਿੱਚ ਸਾਨੂੰ ਅਲਾਟ ਕਰੀ ਜ਼ਮੀਨ, ਸਰਦਾਰ ਅਮਰੋਜ ਸਿੰਘ 'ਤੇ ਜ਼ਮੀਨ ਉਹਨਾਂ ਨੇ ਜਿਸ ਤਰ੍ਹਾਂ ਵੀ ਲਈ ਆ, ਉਹ ਸਾਨੂੰ ਜ਼ਮੀਨ ਕੀ ਜ਼ਮੀਨ ਦੇਈ, ਆਬਾਦੀ ਕੀ ਆਬਾਦੀ ਦੇਈ ਜੀ। ਬਾਕੀ 2 ਸਾਲ ਸਾਨੂੰ ਕੁਛ ਨਹੀਂ ਦਿਆ, ਨਾ ਸਾਨੂੰ ਠੇਕਾ ਦਿਆ, ਨਾ ਸਾਨੂੰ ਕੋਈ ਮੁਆਵਜ਼ਾ ਦਿਆ। 2 ਸਾਲ ਅਸੀਂ ਉੱਥੇ ਬੈਠੇ ਰਹੇ ਜੀ। ਫਿਰ ਅਸੀਂ 2 ਸਾਲਾਂ ਬਾਅਦ ਉੱਠ ਕੇ ਉਸ ਪਿੰਡੋਂ ਇੱਥੇ ਆ ਗਏ। ਫਿਰ 2 ਸਾਲ ਬਾਅਦ ਸਾਨੂੰ ਇੱਥੇ ਜ਼ਮੀਨ ਅਲਾਟ ਕਰੀ ਜੀ। ਫਿਰ ਅਸੀਂ ਉੱਥੇ ਦੇ ਹੌਲੀ ਹੌਲੀ ਜਿਹੜੇ ਸਾਡੇ ਢਾਹੇ ਵੀ ਲੱਕੜ ਪਈ ਅਤੇ ਉੱਥੇ ਹੋਰ ਪਏ ਦਾ ਕੱਚੇ ਮਕਾਨ 'ਤੇ ਉਹ ਲੱਕੜਾਂ ਇਕੱਠੀਆਂ ਕਰੀ ਦੀਆਂ, ਫਿਰ ਗੱਡਿਆਂ 'ਤੇ ਢੋ ਕੇ ਇੱਥੇ ਲੈ ਕੇ ਆਏ ਜੀ ਅਸੀਂ। ਇੱਥੇ ਆ ਕੇ ਕਿਵੇਂ ਮਕਾਨ ਬਣਾਏ ਫਿਰ? ਇੱਥੇ ਝੁੰਗੀਆਂ ਬੰਨੀਆਂ ਜੀ ਪਹਿਲਾਂ। ਝੁੰਗੀਆਂ 'ਚ ਰਹੇ? ਝੁੰਗੀਆਂ 'ਚ ਰਹੇ, ਹਾਂਜੀ। ਬਾਲ ਬੱਚੇ ਵੀ ਝੁੰਗੀਆਂ 'ਚ ਰਹੇ? ਝੁੰਗੀਆਂ 'ਚ ਰਹੇ ਸਾਰੇ। ਬੱਚੇ ਪੜ੍ਹਦੇ ਨਹੀਂ ਸੀਗੇ? ਜਦ ਕਿਹੜਾ ਬੱਚੇ ਤਾਂ ਉੱਥੇ ਪੜ੍ਹ ਰਹੇ ਤੇ ਜੀ, ਮੈਂ ਵੀ ਪੜ੍ਹਿਆ ਤਾਂ ਸਾਪਰ ਸਕੂਲ ਤਾਂ ਸਾਡੇ ਪਿੰਡ ਦੇ ਲਾਗ। ਕਿਹੜਾ ਸਕੂਲ ਸੀ? ਸਾਪਰ ਤਾਂ ਜੀ ਪਿੰਡ। ਅੱਛਾ, ਉਹ ਉੱਥੇ ਸਕੂਲ ਤਾਂ ਜੀ ਪੰਜਵੀਂ ਥਾਂ ਜੀ, ਮੈਂ ਵੀ ਉਸ ਸਕੂਲ 'ਚ ਪੜ੍ਹਦਾ ਤਾ। ਪਰ ਉੱਥੇ ਤਾਂ ਉੱਠੇ ਜਾਂਦਾ ਸਾਨੂੰ ਨਾ ਸਰਟੀਫਿਕੇਟ ਮਿਲਿਆ ਸੀ ਨਾ ਕੁਛ ਮਿਲਿਆ, 2-3 ਸਾਲ ਅਸੀਂ ਘੁੰਮਦੇ ਫਿਰਦੇ ਰਹੇ। ਫਿਰ ਇੱਥੇ ਆ ਕੇ ਲੱਗੇ, ਫਿਰ ਪਹਿਲੀ 'ਚ ਲੱਗੇ ਆ ਕੇ ਇੱਥੇ। ਇੱਥੇ ਕਿਹੜੇ ਸਕੂਲ ਤੱਕ ਲੱਗੇ? ਇੱਥੇ ਜੀ ਪ੍ਰਾਇਮਰੀ ਸਕੂਲ ਵੀ ਤਾਂ, ਮਿਡਲ ਵੀ ਸਕੂਲ ਦਾ ਬਣਾ ਗਿਆ। ਅੱਛਾ ਅੱਛਾ, ਹਾਂਜੀ, ਸਰਕਾਰੀ। ਫਿਰ ਦੁਬਾਰਾ ਪਹਿਲੀ 'ਚ ਲੱਗੇ, 5-6 ਜਮਾਤਾਂ ਪੜ੍ਹ ਕੇ ਫਿਰ ਹਟ ਗਏ। ਤੁਸੀਂ ਸੁਣਾਓ ਜੀ ਥੋੜ੍ਹੀ ਜਿਹੀ ਗੱਲਬਾਤ ਇਹਦੀ, ਉਜਾੜੇ ਦੀ। ਉਜਾੜੇ ਬਾਰੇ ਜੀ, ਜੋ ਮੈਨੂੰ ਆਪਣੇ ਫਾਦਰ ਸਾਹਿਬ ਤੋਂ ਅਸੀਂ ਸਾਰੇ ਦੁਖਾਂਤ ਜੋ ਸੁਣਿਆ, ਉਹ ਇਹ ਵੀ 1952 ਜਦੋਂ ਸਾਡਾ ਪਿੰਡ ਠਾਇਆ, ਉਸ ਟਾਈਮ ਜਿਹੜੀ ਜ਼ਮੀਨ ਦੇ ਬੱਠੇ ਸਾਨੂੰ ਜ਼ਮੀਨ ਦਿੱਤੀ, ਜ਼ਮੀਨ ਵੀ ਅਧੂਰੀ ਦਿੱਤੀ ਆ ਜੀ, ਜਿਹਦੇ ਵਿੱਚੋਂ ਸਾਡੀ ਸਮਲਾਟ, ਖਿਓਟ, ਗਊਚਰਾਂਗ, ਉਹ ਜ਼ਮੀਨਾਂ ਜਿਹੜੀਆਂ ਸਾਡੀਆਂ ਹੈਗੀਆਂ, ਅੱਜ ਇਹ ਵੀ ਚੰਡੀਗੜ੍ਹ ਸੈਕਟਰ 25 'ਚ ਪਿੱਛੇ ਬੈਲੈਂਸ ਪਈਆਂ। ਤਾਂ ਇੱਥੇ ਸਾਨੂੰ ਜਿਹੜਾ ਇੱਥੇ ਭੇਜਿਆ, ਇੱਥੇ ਆ ਕੇ ਦੱਸਣ ਅਨੁਸਾਰ ਝੁੰਗੀਆਂ ਪਾ ਕੇ ਮਤਲਬ ਰਹਿਣਾ ਪਿਆ ਸਾਨੂੰ, ਝੁੰਗੀਆਂ ਨੇ ਵੀ ਰਹੇ, ਦੁਖਾਂਤ ਝੱਲੇ, ਬਰਸਾਤਾਂ, ਮੀਂਹ, ਹਨੇਰੀਆਂ, ਝੱਖੜਾਂ ਜੇ ਅੰਦਰ ਬਹੁਤ ਬੁਰੇ ਹਾਲਾਤ ਕੱਟੇ ਆ। ਈਵਨ ਕਿ ਉਸੇ ਹਾਲਾਤ ਤੋਂ ਦੁਖੀ ਹੋ ਕੇ ਸਾਡੇ ਫਾਦਰ ਸਾਹਿਬ ਇੱਧਰ ਡੱਡੂ ਮਾਜ ਦੇ ਚਲੇ ਗਏ ਸੀ। ਫਿਰ ਕਿ ਇੰਨੇ ਕਸ਼ਟ ਨਾ ਸਹਾਰਦੇ ਹੋਏ ਤਾਂ ਉੱਥੇ ਸਾਨੂੰ ਜਾਣਾ। ਦੱਸੋ ਵੀ ਜ਼ਮੀਨ ਜਿਹੜੀ ਤੁਸੀਂ ਛੱਡ ਕੇ ਆਏ ਸੈਣੀ ਮਾਦਰੇ ਪਿੰਡ ਵਿੱਚ, ਉਹ ਜ਼ਿਆਦਾ ਉਪਜਾਊ ਸੀ ਜਾਂ ਜਿਹੜੀ ਤੁਹਾਨੂੰ ਮਨੌਲੀ ਵਿੱਚ ਮਿਲੀ? ਉਹ ਜ਼ਿਆਦਾ ਉਪਜਾਊ ਸੀ। ਉੱਥੇ ਕੀ ਕੁਛ ਹੁੰਦਾ ਸੀ? ਹੈਂਜੀ, ਉੱਥੇ ਕੀ ਕੁਛ ਹੁੰਦਾ ਸੀ? ਉੱਥੇ ਜੀ ਗੰਨਾ, ਕਪਾਹ, ਕਣਕ, ਜਿਹੜੀ ਕਿ ਹਰੇਕ ਫਸਲ ਵਾਸਤੇ ਬਹੁਤ ਉਪਯੁਕਤ ਜ਼ਮੀਨ ਸੀ ਜੀ। ਪਾਣੀ ਲੱਗਦਾ ਸੀ ਸਾਰੀ ਜ਼ਮੀਨ ਨੂੰ, 3 ਖੂਹ ਸੀਗੇ ਪਿੰਡ ਦੇ ਜੀ। ਇੱਥੇ ਜਿਹੜੀ ਜ਼ਮੀਨ ਸਾਨੂੰ ਅਲਾਟ ਹੋਈ ਹੈ, ਉਹ ਅਲਾਟ ਸਾਨੂੰ ਹੋਈ ਹੈ ਉਸ ਟਾਈਮ ਬੰਜਰ ਕਦੀਮ ਸੀ ਜੀ, ਬੇਕਾਰ ਜ਼ਮੀਨ ਸੀ। ਇੱਥੇ ਬੜਬੜੇ ਰੋਡ ਹੁੰਦੇ ਸੀਗੇ, ਪਾਣੀ ਦਾ ਕੋਈ ਸਾਧਨ ਨਹੀਂ ਸੀ। ਸਰਦਾਰ ਅਮਰੋਜ ਸਿੰਘ ਦੇ ਖੂਹ ਸੀਗੇ ਜਿਹਨਾਂ ਦੀ ਸਾਨੂੰ ਆਬੀ ਚਾਹੀ ਦਿਖਾ ਕੇ ਚਾਹੀ ਬਣਾ ਦਿੱਤਾ, ਲੇਕਿਨ ਹੈ ਉਹ ਬੰਜਰ ਕਦੀਮ। ਜ਼ਮੀਨ ਪੂਰੀ ਮਿਲੀ ਜਾਂ ਘੱਟ ਮਿਲੀ? ਘੱਟ ਮਿਲੀ ਜ਼ਮੀਨ, ਕਿਉਂਕਿ ਜਿਹੜੀ ਅੱਜ ਵੀ ਚੰਡੀਗੜ੍ਹ ਦੇ ਅੰਦਰ ਸਾਡੀ, ਅੱਗੇ ਮੈਂ ਤੁਹਾਨੂੰ ਬਾਅਦ 'ਚ ਡਿਟੇਲ ਕਰੂੰ ਦੱਸ ਦੇਵਾਂਗਾ, ਜਿਹੜੀ ਜ਼ਮੀਨ ਸਾਡੀ ਅੱਜ ਵੀ ਉੱਥੇ ਬੈਲੈਂਸ ਪਈ ਹੈ। ਬਾਕੀ ਜਿਹਦਾ ਅੱਜ ਵੀ ਹਾਈ ਕੋਰਟ ਦੇ ਅੰਦਰ ਕੇਸ ਚੱਲਦਾ, ਉਹ ਜ਼ਮੀਨ ਫਾਦਰ ਸਾਹਿਬ ਮੇਰੇ ਸਰਦਾਰ ਅਮਰ ਸਿੰਘ ਜੀ ਉਹ ਸ਼ੁਰੂ ਤੋਂ ਜਾਣੀ ਕਿ ਇਹਦੇ ਨਾਲ ਜੁੜੇ ਰਹੇ ਕਿ ਜ਼ਮੀਨ ਸਾਡੀ ਬੈਲੈਂਸ ਰਹਿੰਦੀ ਹੈ, ਗਊਚਰਾਂ ਰਹਿੰਦੀ ਹੈ, ਖਿਓਟ ਰਹਿੰਦੀ ਹੈ, ਆਬਾਦੀ ਰਹਿੰਦੀ ਹੈ। ਇੱਥੇ ਮੌਕਾ ਚਾਹੀ ਲਾ ਕੇ ਦੇ ਦਿੱਤੀ ਸਾਨੂੰ, ਉੱਥੇ ਮੌਕਾ ਚਾਹੀ ਲਾਈ ਨਹੀਂ ਜਦ ਕਿ ਚਾਹੀ ਸੀ।
तो उस तो भाई जी जमीन बैलेंस रही फादर साहब मतलब सरकार कोरसपोंडेंस करते रहे। तुम सुनाओ भी फिर किमें लोगों ने कोई लोगों ने मतलब कि एजिटेशन भी किया लोगों ने कोई लड़ाई भी लड़ी इस बार इशू लड़ाई जब तक कहते लोग भी चंडीगढ़ नहीं पैन देंगे जी भी हमें चंडीगढ़ नहीं बन देंगे जी तो जी उन्होंने फिर ये नारे सुन के उन्होंने जबरदस्ती कर दी सतारह पिंड जबरदस्ती करी। अच्छा जी लड़ाई है मेरे फादर साहब की जो दरखास्ता सी 58 तो शुरू हो गए थे सन 58 तो शुरू हो गए थे कि है नहीं बाकियों कुछ लोगों ने गुमराह करके गल कहती कि सब कुछ मिल गया थोनू लेकिन फादर साहब कहते भी मैंने करमा पा के मैं तो पिछौल भी इन्ना रकबा साड़ा रहा 1958 तो बाढ़ दियाँ भी हैंगियाँ 68 दी भी एप्लीकेशन उन्होंने कंटिन्यू चलता रहा 84 भी आ के जोड़ा केस है एंड न गवर्नर को चले गए लेके फादर साहब वकील कर जी एस साथी जलों असं उ गए जी एस साथी नाल मैं केस मार्क हो गया सीसी मैं भी नाल ईवन के उन्होंने उसी टाइम रिजेक्ट करके फैल थले सीढ़ती तो फादर साहब फिर सीसी साहब न लड़ पे भी जनाब थोड़ा कसूर नहीं है भी यह सरकार बेईमान है ना कुर्सी बेईमान है ये बड़े अफसर आए पर कुर्सी बेईमान है भी इस करके सू इंसाफ नहीं मिले हमने तो इंसाफ वास्ते थोड़े को आए थे उन्होंने जो फैल चकी फैल चक के उन्होंने फैल तो उसी टाइम दोबारा लिखता जा गो टू डी सी असी डीसी को जनाब लेके आ गए डीसी को लेके आने तो बाद डीसी साहब ने कहा भी इधर तक साड़ी जमीन निकलती है उन्होंने कहा भी एक पटवारी प्राइवेट एक पटवारी सरकारी दो पटवारी वाले फिर असी जो प्राइवेट पटवारी है नायब रिटायर नायब तहसीलदार रतन सिंह करे सीगा उधर सरकार के पटवारी रिकॉर्ड मुहैया करते साड़ा बैलेंस कढ़ते सीगे जिहदे भी 229 बिघे जमीन तो 17 बिघे आबादी है जिहड़ी वह निकली है साड़ी आ रिकॉर्ड साढ़े को मौजूद है सारा जिहदे भी 229 बिघे आबादी है और न सॉरी 229 बिघे जमीन है और 17 बिघे आबादी है कुल आबादी है 53 बिघे जिहदे भी 37 बिघे अलाट करती अज भी साड़ी 15 बिघे 17 बिघे आबादी बैलेंस रह रही है तो हाले तक कोई मुआवजा नहीं मिला तुहानू कोई मुआवजा नहीं उस तो बाद डीसी दे जरूर आ गए डीसी जो डीसी साहब दे आ गए डीसी साहब ने देता रिकॉर्ड निकल गया रिकॉर्ड निकल तो बाद क्लेम किया उन्होंने सानू देण तो ना कर दी